ਜ਼ਮੀਨ ਤੇ ਲੇਟਿਆ ਹੋਇਆ ਇਹ ਸ਼ਖਸ ਇੱਕ ਕੈਦੀ ਹੈ ਜਿਸ ਨੂੰ ਜੇਲ੍ਹ ਦੇ ਵਿੱਚ ਸਿਰਫ ਇਸ ਲਈ ਐਂਟਰੀ ਨਹੀਂ ਦਿੱਤੀ ਗਈ ਕਿਉਂਕਿ ਇਸ ਦੀ ਰਿਪੋਰਟ HIV ਪੋਜ਼ਿਟਿਵ ਆਈ ਹੈ। ਇਸ ਕੈਦੀ ਦੀ ਹਾਲਤ ਵਿਗੜਨ ਤੇ ਇਸ ਨੂੰ ਹਸਪਤਾਲ ਭੇਜਿਆ ਗਿਆ ਸੀ ਜਿੱਥੇ ਇਸ ਦੇ ਨਾਲ ਇਸ ਦੀ ਪਤਨੀ ਵੀ ਮੌਜੂਦ ਸੀ। ਮੈਡੀਕਲ ਟੈਸਟ ਹੋਏ ਤਾਂ ਇਹ ਸਾਹਮਣੇ ਆਇਆ ਕਿ ਇਹ ਕੈਦੀ HIV ਪੋਜ਼ਿਟਿਵ ਹੈ, ਜਿਸ ਕਰਕੇ ਪਹਿਲਾਂ ਤਾਂ ਉਸ ਨੂੰ ਕਪੂਰਥਲਾ ਦੇ ਹੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਫਿਰ ਉੱਥੋਂ ਇਸ ਨੂੰ ਅੰਮ੍ਰਿਤਸਰ ਤੇ ਫਿਰ PGI ਰੈਫਰ ਕੀਤਾ ਗਿਆ। ਜਦੋਂ PGI ਵਾਲਿਆਂ ਨੇ ਇਸ ਕੈਦੀ ਨੂੰ ਵਾਪਸ ਜੇਲ੍ਹ ਲਿਜਾਣ ਦੀ ਗੱਲ ਆਖੀ ਤਾਂ ਪਤਨੀ ਆਪਣੇ ਪਤੀ ਨੂੰ ਲੈ ਕੇ ਜੇਲ੍ਹ ਪਹੁੰਚੀ, ਪਰ ਜੇਲਰਾਂ ਨੇ ਇਸ ਕੈਦੀ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਬਲਕਿ ਜੇਲ੍ਹ ਦੇ ਬਾਹਰ ਸੜਕ ਤੇ ਹੀ ਸੌਣ ਲਈ ਕਹਿ ਦਿੱਤਾ, ਜਿੱਥੇ ਪਤਨੀ ਤੇ ਇਸ ਕੈਦੀ ਨੇ ਰਾਤ ਪੂਰੀ ਇਸ ਸੜਕ ਤੇ ਹੀ ਕੱਟੀ ਹੈ। ਮਾਮਲਾ ਕਪੂਰਥਲਾ ਦੀ ਮਾਡਰਨ ਜੇਲ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਕੈਦੀ ਨੂੰ ਬਿਮਾਰ ਹੋਣ ਤੇ ਹਸਪਤਾਲ ਲਿਜਾਇਆ ਗਿਆ ਤੇ ਜਦੋਂ ਇਸ ਦੇ ਮੈਡੀਕਲ ਟੈਸਟ ਹੋਏ ਤਾਂ ਇਹ ਪਤਾ ਲੱਗਿਆ ਕਿ ਇਹ ਕੈਦੀ HIV ਪੋਜ਼ਿਟਿਵ ਹੈ। ਇੱਥੇ ਇਸ ਕੈਦੀ ਦੀ ਪਤਨੀ ਨੇ ਦੱਸਿਆ ਕਿ 10 ਅਗਸਤ ਨੂੰ ਉਸਨੂੰ ਫੋਨ ਆਇਆ ਸੀ ਕਿ ਉਸਦੇ ਪਤੀ ਦੀ ਤਬੀਅਤ ਖਰਾਬ ਹੋ ਗਈ, ਇਸ ਲਈ ਉਸਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲਈ ਰੈਫਰ ਕੀਤਾ ਗਿਆ, ਜਿੱਥੇ ਪਤਨੀ ਵੀ ਪਹੁੰਚੀ ਤੇ ਪਤੀ ਦੀ ਹਾਲਤ ਉੱਥੇ ਗੰਭੀਰ ਸੀਗੀ, ਜਿਸ ਤੋਂ ਬਾਅਦ ਪਤੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਲਈ ਰੈਫਰ ਕੀਤਾ ਗਿਆ। 21 ਅਗਸਤ ਨੂੰ ਉਸਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਨੂੰ PGI ਲਿਜਾਣ ਦੀ ਗੱਲ ਆਖੀ ਅਤੇ ਫਿਰ 23 ਅਗਸਤ ਨੂੰ ਦੁਪਹਿਰ ਨੂੰ ਇਸਨੂੰ PGI ਲਿਜਾਇਆ ਗਿਆ, ਜਿੱਥੇ PGI ਵਾਲਿਆਂ ਨੇ ਜੇਲ੍ਹ ਪ੍ਰਬੰਧਕਾਂ ਦੇ ਨਾਲ ਗੱਲ ਕਰਕੇ ਇਸ ਕੈਦੀ ਨੂੰ ਵਾਪਸ ਜੇਲ੍ਹ ਲਿਜਾਣ ਦੀ ਗੱਲ ਆਖੀ। ਜਦੋਂ ਪਤਨੀ ਆਪਣੇ ਪਤੀ ਨੂੰ ਲੈ ਕੇ ਜੇਲ੍ਹ ਪਹੁੰਚੀ ਤਾਂ ਜੇਲਰਾਂ ਨੇ ਉਸਨੂੰ ਅੰਦਰ ਲਿਜਾਣ ਤੋਂ ਮਨਾ ਕਰ ਦਿੱਤਾ ਅਤੇ ਬਾਹਰ ਹੀ ਰੁਕਣ ਲਈ ਕਹਿ ਦਿੱਤਾ, ਜਿੱਥੇ ਰਾਤ ਵੇਲੇ ਵੀ ਇਹ ਪਤੀ ਪਤਨੀ ਬਾਹਰ ਸੜਕ ਤੇ ਹੀ ਲੰਮੇ ਪਏ ਨਜ਼ਰ ਆਏ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਕੈਦੀ ਦੀ ਹਾਲਤ ਬੇਹੱਦ ਗੰਭੀਰ ਹੈ। ਇਸਨੂੰ HIV ਪੋਜ਼ਿਟਿਵ ਰਿਪੋਰਟ ਆਉਣ ਤੋਂ ਬਾਅਦ ਇਸਦੇ ਪੂਰੇ ਸਰੀਰ ਤੇ ਸੋਜਿਸ਼ ਆ ਗਈ ਹੈ, ਜਿਸ ਕਰਕੇ ਇਸਨੂੰ ਸਹੀ ਇਲਾਜ ਦੀ ਜ਼ਰੂਰਤ ਹੈ। ਪਤਨੀ ਦੇ ਵੱਲੋਂ ਇੱਥੇ ਜੇਲ੍ਹ ਪ੍ਰਬੰਧਕਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸਦੇ ਪਤੀ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ, ਇਲਾਜ ਦੇ ਨਾਮ ਤੇ ਉਸਨੂੰ ਇੱਕ ਤੋਂ ਦੂਜੇ ਹਸਪਤਾਲ ਭੇਜਿਆ ਜਾ ਰਿਹਾ ਹੈ, ਜਿਸ ਲਈ ਉਸਦੀ ਪਤੀ ਦੀ ਜਾਨ ਨੂੰ ਖਤਰਾ ਹੈ। ਪਤਨੀ ਦੇ ਵੱਲੋਂ ਫਰਿਆਦ ਕੀਤੀ ਜਾ ਰਹੀ ਹੈ ਕਿ ਉਸਦੇ ਪਤੀ ਦਾ ਸਹੀ ਢੰਗ ਨਾਲ ਇਲਾਜ ਕਰਵਾਇਆ ਜਾਏ ਅਤੇ ਫਿਰ ਉਸਨੂੰ ਜੇਲ੍ਹ ਦੇ ਅੰਦਰ ਵੀ ਰੱਖਿਆ ਜਾਏ। ਜ਼ਮੀਨ ਤੇ ਲੇਟਿਆ ਹੋਇਆ ਇਹ ਸ਼ਖਸ ਇੱਕ ਕੈਦੀ ਹੈ ਜਿਸ ਨੂੰ ਜੇਲ੍ਹ ਦੇ ਵਿੱਚ ਸਿਰਫ ਇਸ ਲਈ ਐਂਟਰੀ ਨਹੀਂ ਦਿੱਤੀ ਗਈ ਕਿਉਂਕਿ ਇਸ ਦੀ ਰਿਪੋਰਟ HIV ਪੋਜ਼ਿਟਿਵ ਆਈ ਹੈ। ਇਸ ਕੈਦੀ ਦੀ ਹਾਲਤ ਵਿਗੜਨ ਤੇ ਇਸ ਨੂੰ ਹਸਪਤਾਲ ਭੇਜਿਆ ਗਿਆ ਸੀ ਜਿੱਥੇ ਇਸ ਦੇ ਨਾਲ ਇਸ ਦੀ ਪਤਨੀ ਵੀ ਮੌਜੂਦ ਸੀ। ਮੈਡੀਕਲ ਟੈਸਟ ਹੋਏ ਤਾਂ ਇਹ ਸਾਹਮਣੇ ਆਇਆ ਕਿ ਇਹ ਕੈਦੀ HIV ਪੋਜ਼ਿਟਿਵ ਹੈ, ਜਿਸ ਕਰਕੇ ਪਹਿਲਾਂ ਤਾਂ ਉਸਨੂੰ ਕਪੂਰਥਲਾ ਦੇ ਹੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਫਿਰ ਉੱਥੋਂ ਇਸ ਨੂੰ ਅੰਮ੍ਰਿਤਸਰ ਤੇ ਫਿਰ PGI ਰੈਫਰ ਕੀਤਾ ਗਿਆ। ਜਦੋਂ PGI ਵਾਲਿਆਂ ਨੇ ਇਸ ਕੈਦੀ ਨੂੰ ਵਾਪਸ ਜੇਲ੍ਹ ਲਿਜਾਣ ਦੀ ਗੱਲ ਆਖੀ ਤਾਂ ਪਤਨੀ ਆਪਣੇ ਪਤੀ ਨੂੰ ਲੈ ਕੇ ਜੇਲ੍ਹ ਪਹੁੰਚੀ, ਪਰ ਜੇਲਰਾਂ ਨੇ ਇਸ ਕੈਦੀ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਬਲਕਿ ਜੇਲ੍ਹ ਦੇ ਬਾਹਰ ਸੜਕ ਤੇ ਹੀ ਸੌਣ ਲਈ ਕਹਿ ਦਿੱਤਾ, ਜਿੱਥੇ ਪਤਨੀ ਤੇ ਇਸ ਕੈਦੀ ਨੇ ਰਾਤ ਪੂਰੀ ਇਸ ਸੜਕ ਤੇ ਹੀ ਕੱਟੀ ਹੈ। ਮਾਮਲਾ ਕਪੂਰਥਲਾ ਦੀ ਮਾਡਰਨ ਜੇਲ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇਸ ਕੈਦੀ ਨੂੰ ਬਿਮਾਰ ਹੋਣ ਤੇ ਹਸਪਤਾਲ ਲਿਜਾਇਆ ਗਿਆ ਤੇ ਜਦੋਂ ਇਸਦੇ ਮੈਡੀਕਲ ਟੈਸਟ ਹੋਏ ਤਾਂ ਇਹ ਪਤਾ ਲੱਗਿਆ ਕਿ ਇਹ ਕੈਦੀ HIV ਪੋਜ਼ਿਟਿਵ ਹੈ। ਇੱਥੇ ਇਸ ਕੈਦੀ ਦੀ ਪਤਨੀ ਨੇ ਦੱਸਿਆ ਕਿ 10 ਅਗਸਤ ਨੂੰ ਉਸਨੂੰ ਫੋਨ ਆਇਆ ਸੀ ਕਿ ਉਸਦੇ ਪਤੀ ਦੀ ਤਬੀਅਤ ਖਰਾਬ ਹੋ ਗਈ, ਇਸ ਲਈ ਉਸਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲਈ ਰੈਫਰ ਕੀਤਾ ਗਿਆ, ਜਿੱਥੇ ਪਤਨੀ ਵੀ ਪਹੁੰਚੀ ਤੇ ਪਤੀ ਦੀ ਹਾਲਤ ਉੱਥੇ ਗੰਭੀਰ ਸੀਗੀ, ਜਿਸ ਤੋਂ ਬਾਅਦ ਪਤੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਲਈ ਰੈਫਰ ਕੀਤਾ ਗਿਆ। 21 ਅਗਸਤ ਨੂੰ ਉਸਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਨੂੰ PGI ਲਿਜਾਣ ਦੀ ਗੱਲ ਆਖੀ ਅਤੇ ਫਿਰ 23 ਅਗਸਤ ਨੂੰ ਦੁਪਹਿਰ ਨੂੰ
ਇਸ ਨੂੰ PGI ਲਿਜਾਇਆ ਗਿਆ ਜਿੱਥੇ PGI ਵਾਲਿਆਂ ਨੇ ਜੇਲ੍ਹ ਪ੍ਰਬੰਧਕਾਂ ਦੇ ਨਾਲ ਗੱਲ ਕਰਕੇ ਇਸ ਕੈਦੀ ਨੂੰ ਵਾਪਸ ਜੇਲ੍ਹ ਲਿਜਾਣ ਦੀ ਗੱਲ ਆਖੀ। ਜਦੋਂ ਪਤਨੀ ਆਪਣੇ ਪਤੀ ਨੂੰ ਲੈ ਕੇ ਜੇਲ੍ਹ ਪਹੁੰਚੀ ਤਾਂ ਜੇਲਰਾਂ ਨੇ ਉਸਨੂੰ ਅੰਦਰ ਲਿਜਾਣ ਤੋਂ ਮਨਾ ਕਰ ਦਿੱਤਾ ਅਤੇ ਬਾਹਰ ਹੀ ਰੁਕਣ ਲਈ ਕਹਿ ਦਿੱਤਾ, ਜਿੱਥੇ ਰਾਤ ਵੇਲੇ ਵੀ ਇਹ ਪਤੀ ਪਤਨੀ ਬਾਹਰ ਸੜਕ ਤੇ ਹੀ ਲੰਮੇ ਪਏ ਨਜ਼ਰ ਆਏ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਕੈਦੀ ਦੀ ਹਾਲਤ ਬੇਹੱਦ ਗੰਭੀਰ ਹੈ। ਇਸਨੂੰ HIV ਪੋਜ਼ਿਟਿਵ ਰਿਪੋਰਟ ਆਉਣ ਤੋਂ ਬਾਅਦ ਇਸਦੇ ਪੂਰੇ ਸਰੀਰ ਤੇ ਸੋਜਿਸ਼ ਆ ਗਈ ਹੈ, ਜਿਸ ਕਰਕੇ ਇਸ ਨੂੰ ਸਹੀ ਇਲਾਜ ਦੀ ਜ਼ਰੂਰਤ ਹੈ। ਪਤਨੀ ਦੇ ਵੱਲੋਂ ਇੱਥੇ ਜੇਲ੍ਹ ਪ੍ਰਬੰਧਕਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸਦੇ ਪਤੀ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ। ਇਲਾਜ ਦੇ ਨਾਮ 'ਤੇ ਉਸਨੂੰ ਇੱਕ ਤੋਂ ਦੂਜੇ ਹਸਪਤਾਲ ਭੇਜਿਆ ਜਾ ਰਿਹਾ ਹੈ, ਜਿਸ ਲਈ ਉਸਦੀ ਪਤੀ ਦੀ ਜਾਨ ਨੂੰ ਖਤਰਾ ਹੈ। ਪਤਨੀ ਦੇ ਵੱਲੋਂ ਫਰਿਆਦ ਕੀਤੀ ਜਾ ਰਹੀ ਹੈ ਕਿ ਉਸਦੇ ਪਤੀ ਦਾ ਸਹੀ ਢੰਗ ਨਾਲ ਇਲਾਜ ਕਰਵਾਇਆ ਜਾਏ ਅਤੇ ਫਿਰ ਉਸਨੂੰ ਜੇਲ੍ਹ ਦੇ ਅੰਦਰ ਵੀ ਰੱਖਿਆ ਜਾਏ।